नमस्कार, आप देख रहे हैं पंजाब टीवी प्राइम। बीते कल पंजाब के मुख्यमंत्री सरदार भगवंत मान अपने हिमाचल के दौरे को जाते समय कुछ समय के लिए नंगल में रुक गए थे, और जैसे ही ये बात नंगल वकील भाईचारे को पता चला तो वह उनसे मिलने के लिए सतलुज सदन पहुंच गए। पहले पुलिस ने उन्हें सतलुज सदन के गेट पर रोक लिया, फिर कुछ वकील बंधुओं से सीएम साहिब ने बात की। नंगल सिविल कोर्ट में जरूरी सुविधाओं के अभाव के चलते अपनी परेशानी उन्होंने ने सीएम साहिब को बताई, और उन्होंने ने भी आश्वासन दिया कि वकील बंधुओं की समस्या का हल कर दिया जाएगा। वही बार एसोसिएशन की ओर से दिया जा रहा धरना वीरवार को दूसरे दिन भी जारी रहा। वकील बंधुओं ने कामकाज ठप रखकर रोष प्रदर्शन को जारी रखते हुए यह कहा कि जिस मांग को लेकर रोष प्रदर्शन शुरू किया गया है वह व्यापक जनहित की मांग पूरी तरह से जायज है। उन्होंने कहा कि हाल ही में बनाया गया शेड भी संतोषजनक नहीं है। एसोसिएशन आभारी है। जिला बार एसोसिएशन रूपनगर श्री आनंदपुर साहिब बार एसोसिएशन की, जिन्होंने नंगल सिविल कोर्ट के वकीलों की मांग को जायज मानते हुए समर्थन देकर वीरवार को रूपनगर व श्री आनंदपुर साहिब में भी कामकाज ठप रखा है। नंगल से पंजाब टीवी प्राइम के लिए राकेश राणा की रिपोर्ट। देखो, साडे नंगल दे विच सेटिंग अरेंजमेंट लैके असीं 5-6 महीनियां तों संघर्ष कर रहे हैं। इस करके अज सीएम साहब जब सानूं पता लगे भी इत्थे आ रहे हैं, तो असीं साडे पूरी वार्ड मैंबर साडे प्रधान जी सारे जाके उन्हां नूं मिल के आए हैं। उन्हां नूं सारियां असीं अपनी समस्यावां दस्सियां गईआं, तो उन्होंने सानूं आश्वासन दिता कि जिहड़ी सारी प्रॉब्लमां साडियां हल होंगीआं। बाकी हुण देखदे हां भी की मंगा सीगा, की प्रॉब्लमां सीगा तुहाडीआं। साडे इत्थे वार्ड दे विच सीटिंग अरेंजमेंट कोई नहीं है, पानी दा अरेंजमेंट नहीं है, लोकां नूं वकीलां नूं लिटीगेंट नूं सारे बैठण दी दिक्कत बहुत गई। ਅੱਜਕੱਲ ਧੁੱਪ ਦੇ ਟਾਈਮ ਦੇ ਵਿੱਚ ਲਿਟੀਗੈਂਟ ਨੂੰ ਬਾਹਰ ਖੜੇ ਹੋਣਾ ਪੈ ਰਿਹਾ, ਇਸ ਕਰਕੇ ਕਈ ਲਿਟੀਗੈਂਟਸ ਕੋਈ ਬਜ਼ੁਰਗ ਹੈ ਉਹ ਇੱਥੇ ਕਈ ਤਾਂ ਬੇਹੋਸ਼ ਹੋ ਕੇ ਵੀ ਗਿਰੇ ਸੀ, ਇਸ ਕਰਕੇ ਸਾਨੂੰ ਬਹੁਤ ਦਿੱਕਤ ਹੈ। ਬੱਚੇ ਛੋਟੇ ਛੋਟੇ ਬੱਚੇ ਵੀ ਆਉਂਦੇ ਹੈ, ਵਕੀਲਾਂ ਨੂੰ ਦਿੱਕਤ ਹੈ, ਲਿਟੀਗੈਂਟਸ ਨੂੰ ਤਾਂ ਫਿਰ ਹੈ ਹੀ ਹੈ ਜੀ। ਸੀਐਮ ਸਾਹਿਬ ਕਹਿ ਕੇ ਗਏ ਹੈ, ਫਿਰ ਸਾਨੂੰ ਆਸ ਤਾਂ ਹੈਗੀ ਹੈ ਵੀ ਹੋਊਗਾ, ਬਾਕੀ ਹੁਣ ਦੇਖੋ ਵੀ ਅੱਗੇ ਹੁੰਦਾ ਜਾਂ ਨਹੀਂ ਹੁੰਦਾ, ਬਾਅਦ ਦੇਖ ਰਹੇ ਹਾਂ। ਸ਼ੈੱਡ ਤਾਂ ਸਰ ਤੁਹਾਡੇ ਸਾਹਮਣੇ ਹੀ ਹੈ, ਤੁਸੀਂ ਇਹਦਾ ਮੁਆਇਨਾ ਕਰ ਲਿਆ, ਖੁਸ਼ੀ ਅਤੇ ਨਾਰਾਜ਼ਗੀ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ। ਹਜੇ ਤੱਕ ਪ੍ਰੋਪਰ ਜਿਹੜਾ ਸ਼ੈੱਡ ਦਾ ਵਰਕ ਹੈ, ਕੱਲ੍ਹ ਮੈਨੂੰ ਨਹੀਂ ਪਤਾ ਉਹਦਾ ਕੀ ਨਾਮ ਸੀ, MC ਕੌਂਸਲ ਦੇ ਇੱਕ ਅਧਿਕਾਰੀ ਦਾ ਬਿਆਨ ਆਇਆ ਕਿ ਅਸੀਂ ਸ਼ੈੱਡ ਬਣਾਤੀ ਹੈ, ਅਸੀਂ ਉਹਨੂੰ ਕਵਰ ਵੀ ਨਹੀਂ ਕਰਨਾ। ਇਟ ਮੀਨਸ ਜਦੋਂ ਬਾਰਿਸ਼ ਹੋਣੀ, ਬਾਛੜ ਅੰਦਰ ਜਾਣੀ, ਪਾਣੀ ਅੰਦਰ ਆਉਣਾ, ਕਵਰ ਨਹੀਂ ਕਰਨਾ, ਧੁੱਪ ਛਾਂ ਅੰਦਰ ਗਾਈਆਂ ਨੇ ਗੋਹਾ ਕਰਨਾ, ਕਿੰਨਾ ਗੰਦਾ ਮਹਿਸੂਸ ਹੋਣਾ। ਤੁਹਾਨੂੰ ਲੱਗਦਾ ਇੱਕ ਤਰ੍ਹਾਂ ਦਾ ਪੱਦਾ ਮਜ਼ਾਕ ਹੈ ਜਾਂ ਸਾਨੂੰ ਕੀ ਹੈ? ਸਾਡੀ ਸਾਰੀ ਵਕੀਲ ਭਾਈਚਾਰੇ ਨੂੰ ਲੱਗਦਾ, ਅਸੀਂ ਉਹਦੇ ਕਰਕੇ ਕੱਲ੍ਹ ਵੀ ਨੋ ਵਰਕ ਰੱਖਿਆ, ਅੱਜ ਵੀ ਨੋ ਵਰਕ ਰੱਖਿਆ, ਹੁਣ ਕੱਲ੍ਹ ਮੀਟਿੰਗ ਕਰਾਂਗੇ, ਦੇਖਾਂਗੇ ਅਗਲੀ ਸਾਡੀ ਰਣਨੀਤੀ ਕਿਆ ਬਣਦੀ ਹੈ। ਅੱਜ ਕੀ ਆਸ਼ਵਾਸਨ ਦਿੱਤਾ ਗਿਆ ਭਗਵੰਤ ਮਾਨ ਨੂੰ ਵੀ ਤੁਹਾਡਾ ਇੱਕ ਵਕਤ ਮਿਲਿਆ? ਹਾਂ, ਅਸੀਂ ਅੱਜ ਭਗਵੰਤ ਮਾਨ ਨੂੰ ਮਿਲੇ ਆ, ਬਸ ਉਹਨੂੰ ਅਸੀਂ ਸਾਨੂੰ ਇੱਕਦਮ ਪਤਾ ਲੱਗਿਆ ਕਿ ਉਹ ਸਤਲੁਜ ਸਦਨ ਆ ਰਿਹਾ, ਅਤੇ ਅਸੀਂ ਆਪਣੇ ਸਾਰੇ ਵਕੀਲ ਚਲੇ ਗਏ ਅਤੇ ਉਹਨਾਂ ਨਾਲ ਮਿਲੇ ਆ। ਉਹਨਾਂ ਨੇ ਕਿਹਾ ਮੈਂ ਮਸਲੇ ਦਾ ਹੱਲ ਜ਼ਰੂਰ ਕਰਾਂਗਾ। ਡਿਊਟੀ ਲਗਾਈ ਉਹਨਾਂ ਵੱਲੋਂ ਕਿਸੇ ਦੀ? ਅਭੀ ਤੱਕ ਕਿਸੇ ਦੀ ਨਹੀਂ, ਕਹਿੰਦਾ ਮੈਂ ਗੱਲ ਕਰਕੇ ਤੁਹਾਡਾ ਮਸਲਾ ਜਲਦ ਤੋਂ ਜਲਦ ਹੱਲ ਕਰੂੰਗਾ। ਕੀ ਆਸ ਹੈ? ਆਸ ਵੀ ਪੋਜ਼ਿਟਿਵ, ਅਸੀਂ ਆਸ਼ਾਵਾਦੀ ਹੈ, ਦੇਖ ਲੈਂਦੇ ਨੇ, ਸੰਘਰਸ਼ ਤਾਂ ਸਾਡਾ ਜਾਰੀ ਹੈ। ਅੱਜ ਅਚਨਚੇਤ ਭਗਵੰਤ ਮਾਨ ਜੀ ਆਏ ਸੀ ਨੰਗਲ, ਅਤੇ ਉਹਨਾਂ ਨੇ ਕਿਉਂਕਿ ਅੱਗੇ ਉਨਾ ਜਾਣਾ ਸੀਗਾ ਅਤੇ ਟਾਈਮ ਦੀ ਸ਼ੋਰਟੇਜ ਕਰਕੇ ਅੱਜ ਸਾਡਾ ਇੱਕ ਐਗਜੈਕਟਿਵ ਜਿਹੜੀ ਨੰਗਲ ਵਾਰ ਦੀ ਹੈ ਉਹਨਾਂ ਨੂੰ ਮਿਲੀ ਹੈ, ਜਿਹੜੀ ਉਹਨਾਂ ਨੇ ਡਿਊਟੀ ਲਗਾਈ ਹੈ ਸਾਡੇ LG ਸਾਹਿਬ ਦੀ, ਕਿ ਜਿਹੜੀ ਵੀ ਦੇਖ ਰੇਖ ਹੈ ਉਹਨਾਂ ਦੇ ਪਹਿਲਾਂ ਉਹਨਾਂ ਦੇ ਧਿਆਨ ਦੇ ਵਿੱਚ ਮਾਮਲਾ ਲਿਆਂਦਾ ਜਾਵੇਗਾ। ਪਰ ਵਿਸ਼ਵਾਸ ਉਦੋਂ ਤੱਕ ਨਹੀਂ ਹੁੰਦਾ ਜਦੋਂ ਤੱਕ ਕੰਮ ਨਹੀਂ ਹੈ, ਪਰ ਅਸੀਂ ਪਿਛਲੇ 8-9 ਮਹੀਨਿਆਂ ਤੋਂ ਲੜਾਈ ਲੜ ਰਹੇ ਇਹਦੀ ਕਿ ਜਲਦ ਤੋਂ ਜਲਦ ਕਲਾਇੰਟ ਨੂੰ, ਕਿਉਂਕਿ ਚਲੋ ਅਸੀਂ ਤਾਂ ਕੋਰਟ ਰੂਮ 'ਚ ਬੈਠ ਜਾਂਦੇ, ਜਿਹੜੇ ਬਾਹਰੋਂ ਕਲਾਇੰਟ ਆਉਂਦੇ ਉਹਨਾਂ ਦਾ ਬੈਠਣਾ ਔਖਾ ਹੋ ਜਾਂਦਾ, ਕਿ ਜਲਦ ਤੋਂ ਜਲਦ ਇੱਕ ਆਹ ਸ਼ੈੱਡ ਬਣੀ ਸੀ, ਕਿਉਂਕਿ ਪਿਛਲੀ ਸਰਕਾਰ ਨੇ 25 ਲੱਖ ਰੁਪਏ ਦਾ ਜਿਹੜੀ ਗ੍ਰਾਂਟ ਹੈ ਉਹ ਸਾਡੇ ਅਕਾਊਂਟ ਜਿਹੜਾ ਨੰਗਲਵਾਰ ਹੈ ਉਹਨਾਂ ਨੂੰ ਦਿੱਤੀ ਸੀਗੀ MC ਦੇ ਥਰੂ। ਪਰ ਹੁਣ ਸਾਨੂੰ ਇਹ ਨਹੀਂ ਪਤਾ ਕਿ 25 ਲੱਖ ਕਿਆ ਸਿਰਫ ਇਸ ਸ਼ੈੱਡ 'ਤੇ ਲੱਗ ਜਾਣਾ। ਫਿਲਹਾਲ ਤਾਂ ਦੇਖੋ, ਜੋ ਕੱਲ੍ਹ ਇੱਕ ਨਿਊਜ਼ ਚੈਨਲ 'ਤੇ ਕੋਈ MC ਕਮੇਟੀ ਦਾ ਅਧਿਕਾਰੀ ਬਿਆਨ ਦੇ ਰਿਹਾ ਸੀ, ਇੱਕ ਪੇਪਰ ਲੱਗਣੇ, ਇੱਕ ਕਵਰ ਹੋਣਾ ਸਿਰਫ ਉੱਪਰ ਤੋਂ ਥੋੜ੍ਹਾ ਜਿਹਾ ਕਵਰ ਹੋਣਾ, ਮਤਲਬ
टोटल दो तीन फुट उपर तो कवर होना बस 4,24,98,000 खुद देख लो कि 24,25,00,000 चाह तैयार हो रहा। मतलब एक मजाक जरा साढ़े न पहला भी किया जा रहा है, हूँ कमेटी आए ने भी कर दिता। तो उम्मीद है कि भगवंत मान जी जी अज मीटिंग हुई है वह पॉजिटिव रिजल्ट आएगा। संघर्ष तो पिछले 8 महीनों तो है, कल भी तुम कवरेज की साढ़ा अज भी नो वर्क से लड़ाई सब तो पहला जो कलाइंट्स है उन्होंने ली है। जो भी अगला स्टैप अज भी साड़ी सैशन जज साहब के नाल मीटिंग है तो बहुत जल्द जोड़े साढ़े कलाइंट उन्होंने नाल लेके हूँ जोड़ा बड़ा हमला वो मारे जाएगा। सर साडा सिर्फ यही कहना है शुरू तो सेम साड़ी मंग सेम मुद्दा अज काम तो लटकते हुए 1.5 साल हो गया सर, सानू प्रशासन से भी लाता पाने की साड़ी साड़ी जिम्मेवारी है जनाब। एक इन्ने उच्चे अहुदे होके भी कोर्ट में साडा यह तो वतीरा हो रहा है तो आम जनता ने की होंगे होगा सर। जी शैड पाई गई है कमेटी वालों वो जानवर वास्ते बैठने वास्ते सूटेबल नहीं है जनाब, उत्थे उन्होंने भी पानी पेगा। कभी ये कहें आप 11-8 तो पहला काम पूरा कर लेंगे, कभी कहें कि नहीं जी हूँ सानू होर टाइम दिता जाए तो साढ़े तो यही है कि जब तक साडा काम नहीं होएगा ये विरोध साडा वधेगा और होर उच्च लैवल तक जाएगा। अगली बार आप कमेटियां खराब करा ये आप डीसी दफ्तर खराब करा सर, ईवन कि आप अपने एफर्ट करने तैयार अपने पैसे लाने वास्ते तैयार हाँ, सानू सरकार परमिशन देवे इतने काम करने की ना, वो खुद काम कर रहे हैं ना सानू करते हैं जी।